ਦੀ ਐਪਲੀਕੇਸ਼ਨ ਵਿੱਚ ਕੀ ਹੋ ਰਿਹਾ ਹੈ ਆਈ ਥੌਟ ਕਿ ਤੁਸੀਂ ਇੱਕ ਮੈਸੇਜ ਦਿੱਤਾ ਸੀ ਕਿ ਬੱਚਾ ਮੇਰੇ ਖਿਆਲ ਕਾਫੀ ਫਾਦਰ ਨੂੰ ਮਿਸ ਕਰ ਰਿਹਾ ਨਾ ਜਸਵੀਰ ਆਵਾਜ਼ ਆ ਰਹੀ ਹਾਂ ਮੇਰੇ ਖਿਆਲ ਹੈ ਕਿ ਕਾਫੀ ਤੁਸੀਂ ਮਿਹਨਤ ਕਰ ਰਹੇ ਹੋ ਮੈਂ ਸੋਚ ਰਿਹਾ ਸੀ ਕਿ ਕਿੱਦਾਂ ਹੁਣ ਐਪਲੀਕੇਸ਼ਨ ਇੰਪਰੂਵ ਕਰਨਾ ਕੀ ਕਰਨਾ ਤੇ ਉਸ ਹਿਸਾਬ ਨਾਲ ਮੈਂ ਕਰ ਰਿਹਾ ਸੀ ਕਿ ਬਈ ਕੀ ਕਰੀਏ ਬਾਕੀ ਤੁਸੀਂ ਬੱਚਾ ਕਦੋਂ ਸੋਚ ਰਿਹਾ ਫਾਦਰ ਨੂੰ ਕਦੋਂ ਆਉਣਾ ਚਾਹੀਦਾ ਕਿ ਮਤਲਬ 6 ਮਹੀਨੇ ਠਹਿਰ ਕੇ ਆ ਨੋ ਸਰ ਉਹ ਤਾਂ ਜੀ ਉਹ ਹਰ ਰੋਜ਼ ਵਿਚਾਰਾ ਨਾ ਜਦੋਂ ਕੋਈ ਉੱਪਰ ਦੀ ਘਰ ਦੇ ਐਰੋਪਲੇਨ ਵੀ ਡੰਗਦਾ ਉਹ ਦੋਨੋਂ ਵੇਚ ਪਤਾ ਕੀ ਕਰਦਾ ਮੈਂ ਤੁਹਾਨੂੰ 100 ਰੁਪੀਸ ਦਊਂਗਾ ਮੇਰੇ ਪਾਪਾ ਨੂੰ ਲੈ ਆ ਅੱਛਾ ਅੱਛਾ ਜਸਵੀਰ ਤੁਹਾਨੂੰ ਮੈਂ ਖਬਰ ਦੇਣੀ ਸੀ ਉਹਨਾਂ ਦਾ ਵੀਜ਼ਾ ਲੱਗ ਗਿਆ ਖਬਰ ਦੇਣੀ ਸੀ ਤੁਹਾਡੇ ਬੱਚੇ ਨੂੰ ਜਿਹੜੇ ਫਾਦਰ ਨੂੰ ਮਿਸ ਕਰ ਰਹੇ ਹੈ ਤੇ ਜੋ ਤੁਸੀਂ ਕੋਨਫੀਡੈਂਸ ਸ਼ੋ ਕੀਤਾ ਜੋ ਤੁਸੀਂ ਟਰਸਟ ਸ਼ੋ ਕੀਤਾ ਮੇਰੇ ਤੇ ਕਿ ਐਪਲੀਕੇਸ਼ਨ ਕਰਾਂਗੇ ਮੈਂ ਗਾਰੰਟੀ ਕੋਈ ਨਹੀਂ ਦਿੰਦਾ ਲੇਕਿਨ ਆਈ ਨਿਊ ਕਿ ਸਮਥਿੰਗ ਵਿਲ ਹੈਪਨ ਐਂਡ ਵੀਜ਼ਾ ਉਹਨਾਂ ਦਾ ਅਪਰੂਵ ਹੋ ਚੁੱਕਿਆ ਹੈ ਤੇ ਵਿਦ ਇਨ ਅੱਜ ਜਾਂ ਕੱਲ੍ਹ ਅੱਜ ਸੰਡੇ ਹੈ ਇੱਥੇ ਤੁਸੀਂ ਦੇਖ ਰਹੇ ਹੋ ਐਕਚੁਲੀ ਆਮ ਇਨ ਦਿੱਲੀ ਰਾਈਟ ਨਾਓ ਸੋ ਉਹਨਾਂ ਨੂੰ ਮੈਂ ਦਿਆਂਗਾ ਇੱਕ ਕਾਗਜ਼ ਅਪਰੂਵਲ ਲੈਟਰ ਉਹਨਾਂ ਨੂੰ ਕਹਿਣਾ ਕਿ ਪਾਸਪੋਰਟ ਜਾ ਕੇ ਕੈਨੇਡੀਅਨ ਐਮਬੈਸੀ ਜਾ ਕੇ ਸਬਮਿਟ ਕਰੋ ਤੇ ਵੀਜ਼ਾ ਉਹਨਾਂ ਦੇ 3-4 ਦਿਨ ਚ ਲੱਗ ਕੇ ਆ ਜਾਏਗਾ ਟਿਕਟ ਬੁੱਕ ਕਰੋ ਉਹਨਾਂ ਨੂੰ ਤੁਸੀਂ ਇਮੀਡੀਏਟਲੀ ਵੈਨਕੂਵਰ ਬੁਲਾਓ ਮਛਲੀ ਤੇ ਮਾਨ ਸਰਾ ਇੰਨਾ ਤੈਨੂੰ ਪਿਆਰ ਕਰਾਂ ਮੈਂ ਇੰਨਾ ਤੈਨੂੰ ਪਿਆਰ ਕਰਾਂ ਚਲ ਆਇਆ